ਅਫਸੋਸ ਬਿਆਨ ਨੂੰ ਲੈ ਕੇ ਬੜੀ ਵੱਡੀ ਪੱਧਰ ਤੇ ਮੁੱਖ ਮੰਤਰੀ ਸਾਹਿਬ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ ਮੁੱਖ ਮੰਤਰੀ ਸਾਹਿਬ ਸੁਰੱਖਿਆ ਵਿਡਰੋਅ ਕਰ ਲਓ ਜੀ ਬੈਂਸ ਤੇ ਐਫ ਆਈ ਆਰ ਦੇ ਦਿਓ ਜੀ ਮੈਂ ਕਹਿਣਾ ਚਾਹੁੰਦਾ ਮੇਰਾ ਉਹ ਸਟੇਟਮੈਂਟ ਉਹਦੀ ਇੰਟਰਪ੍ਰੀਟੇਸ਼ਨ ਜਿਹੜੇ ਲੋਕ ਗਲਤ ਕਰਦੇ ਆ ਮੈਂ ਉਹਨਾਂ ਵਾਸਤੇ ਦੱਸਣਾ ਚਾਹੁੰਦਾ ਮੈਂ ਆਪਣੇ ਬਿਆਨ ਦੇ ਵਿੱਚ ਕਿਤੇ ਇਹ ਗੱਲ ਨਹੀਂ ਕਹੀ ਕਿ ਮੈਂ ਹੱਥ ਕੱਟਣ ਦੀ ਛਲਾਗਾ ਕਰਦਾ ਪ੍ਰਸ਼ੰਸ਼ਾ ਕਰਦਾ ਮੈਨੂੰ ਦੁੱਖ ਤੇ ਅਫਸੋਸ ਆ ਉਹ ਅਧਿਕਾਰੀ ਉਹ ਮੁਲਾਜ਼ਮ ਪੁਲਿਸ ਦਾ ਜਿਹਦਾ ਹੱਥ ਕਟਿਆ ਹੈਗਾ ਉਹ ਵੀ ਕਿਸੇ ਦਾ ਪੁੱਤ ਆ ਕਿਸੇ ਦਾ ਭਰਾ ਹੈਗਾ ਮੈਨੂੰ ਦੁੱਖ ਤੇ ਅਫਸੋਸ ਪਰ ਮੈਂ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਨੇ ਪਸ਼ੋਕੜ ਦੇ ਦਿਨਾਂ ਦੇ ਵਿੱਚ ਅੰਨਾ ਤਸ਼ੱਦਦ ਕੀਤਾ ਇਥੋਂ ਤੱਕ ਕਿ ਗਰਭਤੀ ਔਰਤਾਂ ਦੇ ਬਜ਼ੁਰਗ ਵੀ ਨਹੀਂ ਛੱਡੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਸਾਹਮਣੇ ਚਾਚੇ ਤਾਏ ਤੇ ਉਹਨਾਂ ਦੇ ਬਾਪ ਡਾਂਗਾਂ ਦੇ ਨਾਲ ਕੁੱਟੇ ਮੈਂ ਉਹਨਾਂ ਦੇ ਬਰ ਖਿਲਾਫ ਹਾਂ ਕੈਪਟਨ ਸਾਹਿਬ ਦੀ ਕਿਸੇ ਐਫ ਆਈ ਆਰ ਦੀ ਧਮਕੀ ਗਿੱਧੜ ਧਮਕੀ ਤੋਂ ਮੈਂ ਡਰਨ ਵਾਲਾ ਨਹੀਂਗਾ ਸਿਕਿਉਰਿਟੀ ਕੈਪਟਨ ਮਰਿੰਦਰ ਸਿੰਘ ਹੋਰਾਂ ਨੇ ਨਹੀਂ ਸਿਕਿਉਰਿਟੀ ਡੀਜੀਪੀ ਨੇ ਨਹੀਂ ਸਕਿਉਰਟੀ ਪੰਜਾਬ ਵਿਧਾਨ ਸਭਾ ਦੇ ਕਸਟੋਡੀਅਨ ਪੰਜਾਬ ਵਿਧਾਨ ਸਭਾ ਦੇ ਹੁਕਮਾ ਤਹਿਤ ਹਰ ਮੈਲੇ ਨੂੰ ਮਿਲਦੀ ਹੈ ਮੈਂ ਜਦੋਂ ਰਾਤ ਸਕਿਉਰਟੀ ਵਾਪਸ ਲੈ ਕੇ ਗਏ ਮੈਂ ਡੀਜੀਪੀ ਐਂਡ ਸੀਪੀ ਨੂੰ ਇੱਕ ਟੈਕਸਟ ਮੈਸੇਜ ਕੀਤਾ ਕਾਲ ਮੇਰੀ ਚੱਕੀ ਨਹੀਂ ਮਨ ਨੂੰ ਲਿਖਿਆ ਵੀ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਐਸਾ ਆਰਡਰ ਹੁਕਮ ਹੋਵੇ ਮੈਨੂੰ ਸੈਂਡ ਕਰ ਦਿਓ ਬੈਂਸ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ ਬੈਂਸ ਪੰਜਾਬ ਦੇ ਲੋਕਾਂ ਦੇ ਸਪੋਰਟ ਤੇ ਸਹਿਯੋਗ ਸਦਕਾ ਇੱਕ ਕਰਪਸ਼ਨ ਦੇ ਖਿਲਾਫ ਅਨੇ ਆ ਤੇ ਤਸ਼ੱਦਦ ਢਾਉਣ ਵਾਲੇ ਅਫਸਰਾਂ ਦੇ ਬਰ ਖਿਲਾਫ ਲੋਕਾਂ ਦੀ ਸਪੋਰਟ ਸਦਕਾ ਰਾਜਨੀਤੀ ਹੈ ਚੰਗੇ ਭਵਿੱਖ ਵਾਸਤੇ ਰਾਜਨੀਤੀ ਹੈ ਮੇਰੇ ਕੋਲੇ ਇੱਕ ਸਬ ਇਨਸਪੈਕਟਰ ਤੇ ਤਿੰਨ ਜਵਾਨ ਟੋਟਲ ਚਾਰ ਸੀਗੇ ਜਿਨ੍ਹਾਂ ਨੂੰ ਵਾਪਸ ਲੈ ਗਏ ਐਂਡ ਵਾਪਸ ਲਿਜਾ ਕੇ ਉਹਨਾਂ ਦੇ ਕੋਲੋਂ ਇੱਕ ਲਿਖਤ ਦੇ ਉੱਤੇ ਜ਼ਬਰਦਸਤੀ ਧਮਕੀ ਦੇ ਕੇ ਵੀ ਤੁਹਾਨੂੰ ਡਿਸਮਿਸ ਕਰ ਦਿਆਂਗੇ ਸਾਈਨ ਕਰਦੇ ਹੋ ਸਾਈਨ ਕਰਾਏ ਵੀ ਅਸੀਂ ਬੈਂਸ ਦੇ ਬਿਆਨ ਕਰਕੇ ਗੁੱਸੇ ਵਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਪਾਈ ਮੇਰੇ ਕੋਲੇ ਇਹਨਾਂ ਗਨ ਮੈਨਾਂ ਦੀ ਜਿਹੜੀ ਮੇਰੇ ਸਟਾਫ ਮੈਂਬਰਾਂ ਨਾਲ ਟੈਲੀਫੋਨ ਦੇ ਉੱਤੇ ਗੱਲ ਹੋਈ ਵੀ ਸਾਡੇ ਕੋਲੋਂ ਜ਼ੋਰ ਜ਼ਬਰਦਸਤੀ ਡਿਸਮਿਸਲ ਬਰਖਾਸਤਗੀ ਦਾ ਡਰਾਵਾ ਦੇ ਕੇ ਸਾਈਨ ਕਰਾਏ ਆ ਉਹ ਆਡੀਓਜ਼ ਹੈਗੇ ਮੈਂ ਤੁਹਾਨੂੰ ਉਹ ਵੀ ਦੇ ਦਿੰਦਾ ਹੁਣ ਐਦੂ ਵੱਡੀ ਰਾਜਨੀਤੀ ਕੈਪਟਨ ਮਰਿੰਦਰ ਸਿੰਘ ਦਾ ਬੈਂਸ ਬ੍ਰਦਰ ਫੋਬੀਆ ਉਹਨਾਂ ਨੂੰ ਕਿਉਂ ਇੰਨਾ ਡਰ ਲੱਗਦਾ ਉਹਨਾਂ ਨੂੰ ਕਿਉਂ ਬੈਂਸ ਬ੍ਰਦਰ ਪੋਲੀਟੀਕਲ ਬੰਡੈਟਾ ਅੱਜ ਆਲ ਪਾਰਟੀ ਮੀਟਿੰਗ ਸੱਦਿਆ ਨਹੀਂ ਦੂਸਰੀ ਆਲ ਪਾਰਟੀ ਮੀਟਿੰਗ ਗਿਆ ਲੋਕ ਇਨਸਾਫ ਪਾਰਟੀ ਦੇ ਦੋ ਐਮ ਐਲ ਏ ਪੰਜਾਬ ਵਿਧਾਨ ਸਭਾ ਦੇ ਅੰਦਰ ਆ ਇਸ ਨਰਾਜ਼ਗੀ ਦਾ ਕੈਪਟਨ ਮਰਿੰਦਰ ਸਿੰਘ ਜੀ ਦਾ ਕਾਰਨ ਸਿਟੀ ਸੈਂਟਰ ਸਕੈਮ ਮੁੱਖ ਮੰਤਰੀ ਸਾਹਿਬ ਕਲੋਜ਼ਰ ਰਿਪੋਰਟ ਦਿੰਦੇ ਆ ਬੈਂਸ ਸੁਪਰੀਮ ਕੋਰਟ ਤੇ ਹਾਈ ਕੋਰਟ ਗਿਆ ਕਿ ਇਹ ਕਲੋਜ਼ਰ ਰਿਪੋਰਟ ਗਲਤ ਹੋਈ ਆ ਕੈਪਟਨ ਮਰਿੰਦਰ ਸਿੰਘ ਟ੍ਰਾਇਲ ਫੇਸ ਕਰਨ ਬਹੁ ਕਰੋੜੀ ਸਕੈਂਡਲ ਕੈਪਟਨ ਸਾਹਿਬ ਤੁਹਾਡੀਆਂ ਧਮਕੀਆਂ ਐਫ ਆਈ ਆਰਾਂ ਤੋਂ ਡਰਨ ਵਾਲਾ ਨਹੀਂ ਸੱਚਾਈ ਦੇ ਲਈ ਖੜਿਆ ਅੱਜ ਵੀ ਖੜਾ ਤੇ ਕੱਲ ਵੀ ਖੜਦਾ ਰਵਾਂਗਾ ਸਰ ਜੀ ਤਾਂ ਕੈਬਨਿਸ ਜਿਵੇਂ ਸਾਡਾ ਬਿਆਨ ਨਹੀਂ ਲੱਗਾ ਕਿ ਜਿੱਦਿ ਸਰੋਨੀ ਨਾ ਨੀਤੀ ਹੋਣੀ ਕੈਪਟਨ ਮਰਿੰਦਰ ਸਿੰਘ ਜੀ ਆਪਣੇ ਕੈਬਨਟ ਸਬੋਡੀਨੇਟ ਮਿਨਿਸਟਰ ਦੇ ਕੋਲੋਂ ਇਹ ਸਾਰੀਆਂ ਸਟੇਟਮੈਂਟਸ ਦਵਾ ਰਹੇ ਆ ਉਹ ਵਿਚਾਰੇ ਆਪ ਉਹਨਾਂ ਨੂੰ ਸਭ ਸੱਚਾਈ ਦਾ ਪਤਾ ਉਹ ਆਪਣੇ ਇਥੋਂ ਆਤਮਾ ਜੋ ਨਹੀਂ ਬੋਲ ਰਹੇ ਉਹ ਕੈਪਟਨ ਮਰਿੰਦਰ ਸਿੰਘ ਜੋ ਨਾ ਤੋਂ ਬੁਲਵਾ ਰਿਆ ਮਜਬੂਰੀ ਬਸ ਉਹ ਬੋਲ ਰਿਹਾ ਹੈ ਕੈਪਟਨ ਮਰਿੰਦਰ ਸਿੰਘ ਮੈਂ ਕਹਾਂਗਾ ਰਾਜਨੀਤੀ ਕਰ ਰਹੇ ਆ ਕੈਪਟਨ ਮਰਿੰਦਰ ਸਿੰਘ ਨੂੰ ਬੈਂਸ ਬ੍ਰਦਰ ਵਿਓ ਵਰਗੇ ਜ਼ਹਿਰ ਵਰਗੇ ਕੜਵੇ ਕਿਉਂ ਲੱਗਦੇ ਆ ਕਿਉਂਕਿ ਸਿਟੀ ਸੈਂਟਰ ਸਕੈਮ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਚੈਲੰਜ ਬੈਂਸ ਬ੍ਰਦਰ ਨੇ ਕੀਤਾ ਮੈਂ ਕੈਪਟਨ ਸਾਹਿਬ ਫਿਰ ਕਹਿਣਾ ਚਾਹੂੰਗਾ ਕਿ ਸਾਡੇ ਦੇਸ਼ ਦਾ ਕਾਨੂੰਨ ਲਚਕੀਲਾ ਪਰ ਕਠੋਰ ਜ਼ਰੂਰ ਆ ਕਠੋਰਤਾ ਦਿਖਾਈ ਲਾਲੂ ਪ੍ਰਸ਼ਾਦ ਯਾਦਵ ਤੇ ਚਟਾਲੇ ਅੱਜ ਵੀ ਤਿਹਾਰ ਜੇਲ੍ਹ ਦੇ ਵਿੱਚ ਚੱਕੀ ਪੀ ਰਹੇ ਆ ਬੈਠੇ ਮੈਨੂੰ ਮੈਂ ਪੰਜਾਬ ਦੇ ਲੋਕਾਂ ਦਾ ਵਾਚਮੈਨ ਹੈਗਾ ਮੈਨੂੰ ਪੰਜਾਬ ਦੇ ਲੋਕ ਜੋ ਹੁਕਮ ਕਰਨਗੇ ਉਹ ਮੇਰੀ ਸਟ੍ਰੈਟਜੀ ਹੋਊਗੀ ਇਹ ਸਾਰੇ ਘਟਨਾ ਕਰਮ ਦੀ ਇੱਕ ਲਿਖਤ ਰੂਪ ਦੇ ਵਿੱਚ ਮੇਲ ਕਸਟੋਡੀਅਨ ਆਫ ਲੈਜਿਸਲੇਚਰ ਅਸੈਂਬਲੀ ਪੰਜਾਬ ਸਪੀਕਰ ਸਾਹਿਬ ਨੂੰ ਮੈਂ ਜਰੂਰ ਦਵਾਗਾ ਉਹਨਾਂ ਦੀ ਜਾਣਕਾਰੀ ਵਾਸਤੇ